Hello dear students, good evening. Sorry for delay in video number 3. I was not feeling well. But now we'll discuss the question answers of section A chapter 1, Hassan's attendance problem, written by Sudha Murthy. In part 1 and part 2, I have explained the complete text of the chapter. In this video, we will discuss the important question answers. Question number 1. What is the narrator's profession? प्यारे बच्चों, narrator वो है जो सूत्रधार है, जो पूरी कथा कहानी सुना रहा है. इस केस दे विच सारी गल सुनाई जा रही है सुधा मूर्ति जी द्वारा. Profession हुंदा है किता. सो सानू पूछा जा रहा है कि narrator दा profession की है. तुसी पूरा चैप्टर पढ़ लिया. ऑल ऑफ यू नो दैट द नरेटर वॉज अ कंप्यूटर साइंस टीचर एट अ कॉलेज इन बेंगलोर. तो सुधा मूर्ति जी जो कि नरेटर हैं, वो कंप्यूटर साइंस के टीचर हैं बेंगलोर के कॉलेज. क्वेश्चन नंबर 2. वाई वॉज हसन नॉट नोटिस्ड बाय द टीचर इन द क्लास. हसन दे बारे टीचर नू क्लास च पता ही क्यों नहीं लग्या. असी चैप्टर च पढ़ के हटियां. ही वॉज नॉट नोटिस्ड बाय द टीचर बिकॉज ही वॉज हार्डली एवर प्रेजेंट. क्योंकि बहुत ही घट्ट क्लास च आंदा सी, इसलिए अध्यापक नू पता ही लग्या कि हसन भी कोई है. क्वेश्चन नंबर 3. वाई वुड द नरेटर रेंडर अटेंडेंस टू हसन एवरी टाइम. सानू पता है हसन की अटेंडेंस हर बारी घट जाती सी, फिर भी नरेटर उसनू हर बार अटेंडेंस पूरी क्यों कर देंदी सी. आंसर, He used to beg for rendering attendance in such a convincing way that Sudha ma'am could not deny. तो इस तरीके नाल attendance ले गिड़गिड़ांदा सी कि Sudha ma'am कदी मना ही नहीं कर पांदे सी. Next question, why were Hassan's parents called to school? Very very important question. Hassan दे parents नू school क्यों बुलाया गया? ਤੁਹਾਨੂੰ ਸਭ ਨੂੰ ਕਹਾਣੀ ਬਾਰੇ ਪਤਾ ਹੀ ਹੈ. ਦੇ ਵਰ ਕਾਲ ਟੂ ਡਿਸਕਸ ਅਬਾਊਟ ਹਸਨਸ ਇਨਡਿਸਿਪਲਨਡ ਵੇਜ਼, ਕਿ ਕਿਵੇਂ ਹਸਨ ਹੈ ਜਿਹੜਾ ਉਹ ਅਨੁਸ਼ਾਸਨਹੀਨ ਹੈ, ਕਲਾਸ 'ਚ ਜਾਂ ਤਾਂ ਆਉਂਦਾ ਹੀ ਨਹੀਂ ਜਾਂ ਲੇਟ ਆਉਂਦਾ ਹੈ. ਇਸ ਕਰਕੇ ਉਸਦੇ ਮਾਤਾ ਪਿਤਾ ਨੂੰ ਬੁਲਾਇਆ ਗਿਆ ਸੀ. ਬੱਚੋ, ਕੁਸ਼ਚਨ ਨੰਬਰ 1 of 4 ਮੋਸਟ ਇੰਪੋਰਟੈਂਟ ਹੈ. ਇੱਕ ਤਾਂ ਨਰੇਟਰਸ ਪ੍ਰੋਫੈਸ਼ਨ, ਇੱਕ ਵਾਈ ਵਰ ਹਸਨਸ ਪੇਰੈਂਟਸ ਕਾਲਡ. ਓਕੇ, ਨੰਬਰ 5. ਡਿਊਰਿੰਗ ਵਿਚ ਡੇਜ਼ ਵੁੱਡ ਹਸਨ ਸ਼ੋ ਅਪ ਇਨ ਦ ਕਲਾਸ. ਆਲ ਆਫ ਯੂ ਨੋ ਕਿਹੜੇ ਕਿਹੜੇ ਦਿਨਾਂ ਦੇ ਵਿੱਚ ਹਸਨ ਕਲਾਸ 'ਚ ਦਿਖਦਾ ਸੀ? ਯੈਸ, ਹੀ ਓਫਨ ਅਪੀਅਰਡ ਡਿਊਰਿੰਗ ਕਲਾਸ ਟੈਸਟ ਐਂਡ ਐਗਜ਼ਾਮੀਨੇਸ਼ਨ. ਤੁਹਾਨੂੰ ਸਭ ਨੂੰ ਪਤਾ ਹੈ ਕਿ ਉਹ ਸਿਰਫ ਟੈਸਟਾਂ ਜਾਂ ਪੇਪਰਾਂ ਵੇਲੇ ਹੀ ਨਜ਼ਰ ਆਉਂਦਾ ਸੀ. ਨੈਕਸਟ ਕੁਸ਼ਚਨ ਇਜ਼, ਵਟ ਵੋਜ਼ ਹਸਨਸ ਮਦਰਸ ਪਲੀ ਟੂ ਹਿਸ ਫਾਦਰ. ਹਸਨ ਦੀ ਮਾਤਾ ਜੀ ਨੇ ਉਸਦੇ ਪਿਤਾ ਜੀ ਨੂੰ ਕੀ ਕਿਹਾ? ਸ਼ੀ ਸੈਡ ਦੈਟ ਹੀ ਸ਼ੁੱਡ ਹੈਵ ਅ ਮੈਨ ਟੂ ਮੈਨ ਟਾਕ ਟੂ ਹਸਨ. ਉਸਨੇ ਕਿਹਾ ਕਿ ਹਸਨ ਦਾ ਖਿਆਲ ਤੁਸੀਂ ਰੱਖੋ ਅਤੇ ਉਹਦੇ ਨਾਲ ਗੱਲਬਾਤ ਤੁਹਾਨੂੰ ਕਰਨੀ ਚਾਹੀਦੀ ਹੈ. ਮਾਈ ਡੀਅਰ ਸਟੂਡੈਂਟਸ, ਨੈਕਸਟ ਕੁਸ਼ਚਨ ਇਜ਼ ਮੋਸਟ ਇੰਪੋਰਟੈਂਟ. ਵਾਈ ਡਿਡ ਪੇਰੈਂਟ ਟੀਚਰ ਮੀਟਿੰਗ ਐਂਡ ਫਰੂਟਲੈਸਲੀ. ਪੇਰੈਂਟ ਟੀਚਰ ਮੀਟਿੰਗ ਦਾ ਕੋਈ ਨਤੀਜਾ ਕਿਉਂ ਨਹੀਂ ਨਿਕਲਿਆ? ਆਨਸਰ, ਪੇਰੈਂਟ ਟੀਚਰ ਮੀਟਿੰਗ ਐਂਡਿਡ ਫਰੂਟਲੈਸਲੀ ਬਿਕੋਜ਼ ਹਸਨਸ ਪੇਰੈਂਟਸ ਸਟਾਰਟਿਡ ਆਰਗਿਊਇੰਗ ਇਨਸਟੈਡ ਆਫ ਡਿਸਕਸਿੰਗ ਅਬਾਊਟ ਹਸਨ. ਇਸ ਮੀਟਿੰਗ ਦਾ ਕੋਈ ਨਤੀਜਾ ਇਸ ਲਈ ਨਹੀਂ ਨਿਕਲਿਆ ਕਿਉਂਕਿ ਹਸਨ ਦੇ ਮਾਤਾ ਪਿਤਾ ਨੇ ਇਸ ਸਮੱਸਿਆ ਦਾ ਹੱਲ ਕੱਢਣ ਦੀ ਬਜਾਏ, ਇਹਦੇ ਬਾਰੇ ਜ਼ਿਕਰ ਕਰਨ ਦੀ ਬਜਾਏ, ਆਪਸ ਵਿੱਚ ਹੀ ਬਹਿਸ ਸ਼ੁਰੂ ਕਰ ਦਿੱਤੀ. ਨੈਕਸਟ ਕੁਸ਼ਚਨ, ਡਿਸਕ੍ਰਾਈਬ ਦ ਫਿਜ਼ੀਕਲ ਅਪੀਅਰੈਂਸ ਆਫ ਹਸਨ ਵੈਨ ਹੀ ਮੈਟ ਹਿਸ ਟੀਚਰ ਆਫਟਰ ਸੈਵਰਲ ਈਅਰਸ. ਜਦੋਂ ਹਸਨ ਕਈ ਸਾਲ ਬਾਅਦ ਮਿਲਿਆ ਤਾਂ ਉਸਦੀ ਅਧਿਆਪਕ ਨੂੰ ਉਹਦੀ ਫਿਜ਼ੀਕਲ ਅਪੀਅਰੈਂਸ ਕਿਹੋ ਜਿਹੀ ਦੇਖਣ ਨੂੰ ਮਿਲੀ? ਆਨਸਰ, ਹੀ ਵਾਜ 35 ਈਅਰਸ ਓਲਡ, ਬੋਲਡ ਐਂਡ ਡਰੈਸਡ ਇਨ ਐਨ ਅਨਇੰਪ੍ਰੈਸਿਵ ਮੈਨਰ. ਉਸਦੀ ਉਮਰ 35 ਸਾਲ ਸੀ, ਉਹ ਗੰਜਾ ਸੀ ਔਰ ਉਸਨੇ ਬਿਲਕੁਲ ਵੀ ਪ੍ਰਭਾਵਸ਼ਾਲੀ ਕੱਪੜੇ ਨਹੀਂ ਪਹਿਨੇ ਹੋਏ ਸਨ. ਕੁਸ਼ਚਨ ਨੰਬਰ 9. ਵਟ ਹੈਡ ਦ ਨਰੇਟਰ ਐਕਸਪੈਕਟਿਡ ਹਸਨ ਟੂ ਬਿਕਮ ਇਨ ਹਿਸ ਲਾਈਫ. ਨਰੇਟਰ ਨੇ ਕੀ ਸੋਚਿਆ ਸੀ ਕਿ ਹਸਨ ਆਪਣੀ ਜ਼ਿੰਦਗੀ 'ਚ ਕੀ ਬਣ ਜੂਗਾ? ਆਨਸਰ, ਦ ਨਰੇਟਰ ਹੈਡ ਐਕਸਪੈਕਟਿਡ ਦੈਟ ਹਸਨ ਵੁੱਡ ਬਿਕਮ ਅ CEO ਆਫ ਅ ਰੈਪਿਊਟਿਡ ਕੰਪਨੀ. ਉਹਨੇ ਸੋਚਿਆ ਸੀ ਆਪਣੇ ਨਾਲ ਦੇ ਦੋਸਤਾਂ ਦੀ ਤਰ੍ਹਾਂ ਕਿਸੇ ਕੰਪਨੀ ਦੇ ਵਿੱਚ CEO ਦੀ ਪੋਸਟ 'ਤੇ ਹੋਣਾ, ਕਿਸੇ ਵੱਡੀ ਪੋਸਟ 'ਤੇ ਹੋਣਾ. ਹਾਊ ਡਿਡ ਹਸਨ ਸਟੱਡੀ ਵੈਨ ਹੀ ਵਾਜ਼ ਇਨ ਕਾਲਜ? ਜਦੋਂ ਹਸਨ ਕਾਲਜ ਸੀ ਤਾਂ ਉਹ ਕਿਵੇਂ ਪੜ੍ਹਦਾ ਸੀ? ਇਹ ਆਸਾਨ ਤਰੀਕਾ
ਤੁਸੀਂ ਚੈਪਟਰ 'ਚ ਜਾਣ ਚੁੱਕੇ ਹੋ, ਹੀ ਅਡੋਪਟਿਡ ਸ਼ਾਰਟਕੱਟ ਮੈਥਡਸ। ਉਹ ਆਪਣੀ ਸਕਸੈਸ ਲਈ ਸ਼ਾਰਟਕੱਟ ਮੈਥਡ ਦਾ ਇਸਤੇਮਾਲ ਕਰਦਾ ਸੀ। ਹੀ ਯੂਜ਼ ਟੂ ਕ੍ਰੈਮ ਇੰਪੋਰਟੈਂਟ ਕੁਐਸਚਨਸ ਓਨਲੀ, ਸਿਰਫ ਮਹੱਤਵਪੂਰਨ ਪ੍ਰਸ਼ਨ ਦੇ ਰੱਟੇ ਮਾਰ ਜਾਂਦਾ ਸੀ। ਹੀ ਪ੍ਰੈਫਰਡ ਗੈਸ ਵਰਕ ਟੂ ਥੋਰੋ ਸਟੱਡੀ, ਇਸ ਲਈ ਉਹ ਵਿਸਥਾਰ 'ਚ ਨਹੀਂ ਪੜ੍ਹਦਾ ਸੀ ਬਲਕਿ ਤੁੱਕੇ ਮਾਰ ਕੇ ਪੜ੍ਹਦਾ ਸੀ। ਨਾਓ ਕੁਐਸਚਨ ਨੰਬਰ 11 ਇਜ਼ ਦੀ ਮੋਸਟ ਇੰਪੋਰਟੈਂਟ ਕੁਐਸਚਨ ਆਫ ਦਾ ਚੈਪਟਰ। ਪੇਪਰ 'ਚ ਸਭ ਤੋਂ ਜ਼ਿਆਦਾ ਵਾਰ ਪੁੱਛਿਆ ਜਾਣ ਵਾਲਾ ਇਹ ਕੁਐਸਚਨ ਹੈ, ਔਰ ਪੇਪਰ 'ਚ ਸਭ ਤੋਂ ਜ਼ਿਆਦਾ ਇਹ ਕੁਐਸਚਨ ਆਇਆ ਜਿੰਨਾ ਕੁ ਮੈਂ ਆਪਣੇ ਕਰੀਅਰ 'ਚ ਦੇਖਿਆ ਹੈ। ਅਕੋਰਡਿੰਗ ਟੂ ਹਸਨ ਹੂ ਵਰ ਨਰਡਸ, ਹਸਨ ਦੇ ਅਨੁਸਾਰ ਬੋਰਿੰਗ ਲੋਕ ਕੌਣ ਸੀ, ਨੀਰਸ ਲੋਕ ਕੌਣ ਸੀ? ਅਕੋਰਡਿੰਗ ਟੂ ਹਸਨ ਹਾਰਡ ਵਰਕਿੰਗ ਪੀਪਲ ਵਰ ਨਰਡਸ, ਮਿਹਨਤੀ ਲੋਕ ਹੀ ਨੀਰਸ ਲੋਕ ਸਨ। ਵਾਈ ਡਿਡ ਹਸਨ ਸਟਾਰਟ ਲਿਵਿੰਗ ਸੈਪਰੇਟਲੀ, ਹਸਨ ਅਲੱਗ ਕਿਉਂ ਰਹਿਣ ਲੱਗ ਗਿਆ? ਤੁਹਾਨੂੰ ਯਾਦ ਹੋਣਾ ਉਸਦੇ ਪਿਤਾ ਜੀ ਅੱਕ ਗਏ ਸੀ ਉਹਦੇ ਲੜਾਈ ਝਗੜੇ ਤੋਂ, ਉਹਨਾਂ ਨੇ ਘਰੋਂ ਕੱਢਤਾ। ਹੀ ਸਟਾਰਟਿਡ ਲਿਵਿੰਗ ਸੈਪਰੇਟਲੀ ਬਿਕੋਜ਼ ਹਿਜ਼ ਫਾਦਰ ਡਿਸਲਾਈਕਡ ਹਿਜ਼ ਇਰਰਿਸਪੋਂਸੀਬਲ ਵੇਜ਼। ਇਰਰਿਸਪੋਂਸੀਬਲ ਦੀ ਸਪੈਲਿੰਗ ਠੀਕ ਨਹੀਂ ਹੈ ਬੱਚਿਓ, PONSIBLE। ਐਂਡ ਟੋਲਡ ਹਿਮ ਟੂ ਲੀਵ ਹਿਜ਼ ਹੋਮ, ਤਾਂ ਉਸਦੇ ਪਿਤਾ ਜੀ ਉਸਦੇ ਇਸ ਗੈਰ ਜ਼ਿੰਮੇਵਾਰਾਨਾ ਵਿਵਹਾਰ ਤੋਂ ਅੱਕ ਗਏ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਘਰ ਛੱਡ ਕੇ ਚਲੇ ਜਾਓ। ਨੈਕਸਟ ਕੁਐਸਚਨ ਇਜ਼ ਵਟ ਮੇਡ ਹਸਨ ਫੀਲ ਆਪਟੀਮਿਸਟਿਕ ਐਜ਼ ਹੀ ਲੈਫਟ ਦ ਨਰੇਟਰਸ ਆਫਿਸ, ਹਸਨ ਕਿਹੜੀ ਇੱਕ ਚੀਜ਼ ਨਾਲ ਬੜਾ ਆਸ਼ਾਵਾਦੀ ਮਹਿਸੂਸ ਕਰ ਰਿਹਾ ਸੀ ਜਦੋਂ ਨਰੇਟਰ ਦੇ ਆਫਿਸ ਤੋਂ ਗਿਆ? ਆਂਸਰ, ਸੁਧਾ ਮੂਰਤੀ ਇਜ਼ ਕਾਊਂਸਲਿੰਗ ਮੋਟੀਵੇਟਿਡ ਹਿਮ ਟੂ ਸਟਾਰਟ ਅ ਨਿਊ ਲਾਈਫ, ਜਦੋਂ ਸੁਧਾ ਮੂਰਤੀ ਨੇ ਉਸਨੂੰ ਸਮਝਾਇਆ, ਸਲਾਹ ਦਿੱਤੀ, ਉਸਦੇ ਨਾਲ ਉਸਨੂੰ ਜੋਸ਼ ਆ ਗਿਆ ਨਵੀਂ ਜ਼ਿੰਦਗੀ ਦੁਬਾਰਾ ਜੀਣ ਦਾ। ਡੀਅਰ ਸਟੂਡੈਂਟਸ, ਨਾਓ ਵਿਲ ਸਵਿਚ ਓਵਰ ਟੂ ਦਾ ਲੋਂਗ ਆਨਸਰ ਟਾਈਪ ਕੁਐਸਚਨ, ਐਂਡ ਦਾ ਫਸਟ ਲੋਂਗ ਆਨਸਰ ਟਾਈਪ ਕੁਐਸਚਨ ਇਜ਼ ਬਰੀਫ ਕੈਰੈਕਟਰ ਸਕੈਚ ਆਫ ਹਸਨ, ਦੀ ਮੋਸਟ ਇੰਪੋਰਟੈਂਟ ਕੁਐਸਚਨ, ਪੂਰੇ ਸਿਲੇਬਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਪੁੱਛਿਆ ਜਾਣ ਵਾਲਾ ਲੋਂਗ ਕੁਐਸਚਨ, ਹਸਨ ਦਾ ਕੈਰੈਕਟਰ ਸਕੈਚ। ਹਸਨ ਵਾਜ਼ ਅ ਬ੍ਰਾਈਟ ਸਟੂਡੈਂਟ, ਹਸਨ ਬਹੁਤ ਹੀ ਹੁਸ਼ਿਆਰ ਬੱਚਾ ਸੀ। ਹੀ ਵਾਜ਼ ਟੋਲ ਐਂਡ ਹੈਂਡਸਮ, ਲੰਬਾ ਲੰਜਾ ਅਤੇ ਖੂਬਸੂਰਤ ਸੀ। ਹੀ ਹੈਡ ਅ ਵੈਰੀ ਗੁੱਡ ਮੈਮਰੀ, ਉਸਦੀ ਯਾਦਾਸ਼ਤ ਬਹੁਤ ਵਧੀਆ ਸੀ। ਹੀ ਯੂਜ਼ ਟੂ ਡਰੈਸ ਇਨ ਅ ਸਟਾਈਲਿਸ਼ ਵੇ, ਬਹੁਤ ਸੋਹਣੇ ਸਟਾਈਲਿਸ਼ ਕੱਪੜੇ ਪਹਿਨਦਾ ਸੀ। ਬਟ ਹੀ ਵਾਜ਼ ਲੇਜ਼ੀ ਐਂਡ ਇਨਡਿਸਿਪਲਿਨਡ ਐਜ਼ ਅ ਸਟੂਡੈਂਟ, ਲੇਕਿਨ ਇੱਕ ਵਿਦਿਆਰਥੀ ਹੁੰਦੇ ਹੋਏ ਉਹ ਕੀ ਸੀਗਾ, ਇੱਕ ਸੁਸਤ ਵਿਦਿਆਰਥੀ ਸੀ ਅਤੇ ਅਨੁਸ਼ਾਸਨਹੀਨ ਸੀ। ਹੀ ਯੂਜ਼ ਟੂ ਚੈਟ ਆਲ ਨਾਈਟ ਵਿਦ ਫਰੈਂਡਸ ਐਂਡ ਸਲੀਪ ਐਟ 6 AM, ਉਹ ਸਾਰੀ ਰਾਤ ਫਰੈਂਡਸ ਨਾਲ ਚੈਟ ਕਰਦਾ, ਸਵੇਰੇ 6 ਵਜੇ ਸੌਂਦਾ। ਦੈਟਸ ਵਾਈ ਹੀ ਕੁੱਡ ਨੋਟ ਗੈਟ ਅਪ ਫੋਰ 9 AM ਕਲਾਸ, ਇਸ ਲਈ 9 ਵਜੇ ਵਾਲੀ ਕਲਾਸ ਲਈ ਉੱਠ ਨਹੀਂ ਸਕਦਾ ਸੀ। ਬਟ ਹੀ ਯੂਜ਼ ਟੂ ਗੈਟ ਫਸਟ ਕਲਾਸ ਮਾਰਕਸ ਵਿਦ ਗੈਸ ਵਰਕ, ਲੇਕਿਨ ਉਹ ਤੁੱਕਾ ਮਾਰ ਕੇ ਫਸਟ ਕਲਾਸ ਨੰਬਰ ਲੈ ਲੈਂਦਾ ਸੀ। ਹੀ ਯੂਜ਼ ਟੂ ਕ੍ਰੈਮ ਓਨਲੀ ਇੰਪੋਰਟੈਂਟ ਕੁਐਸਚਨਸ, ਲੀਵਿੰਗ ਡੀਟੇਲਸ ਆਫ ਦਾ ਟੋਪਿਕ, ਉਹ ਸਿਰਫ ਮਹੱਤਵਪੂਰਨ ਪ੍ਰਸ਼ਨ ਹੀ ਪੜ੍ਹਦਾ ਸੀ, ਕੋਈ ਡਿਟੇਲ ਨਹੀਂ ਸੀ ਪੜ੍ਹਦਾ ਟੋਪਿਕ ਦੀ। ਕੌਨਸੀਕੁਐਂਟਲੀ ਹੀ ਫੇਲਡ ਇਨ ਲਾਈਫ ਡਿਊ ਟੂ ਲੈਕ ਆਫ ਇਨਡੈਪਥ ਨੌਲੇਜ, ਇਸ ਲਈ ਨਤੀਜੇ ਵਜੋਂ ਜ਼ਿੰਦਗੀ 'ਚ ਫੇਲ ਹੋ ਗਿਆ ਕਿਉਂਕਿ ਉਸਨੂੰ ਆਪਣੇ ਵਿਸ਼ੇ ਦਾ ਡੂੰਘਾ ਗਿਆਨ ਨਹੀਂ ਸੀ। ਆਲ ਦਿਸ ਡੈਮੇਜਡ ਹਿਜ਼ ਕਰੀਅਰ ਐਂਡ ਹੈਲਥ, ਇਸ ਨਾਲ ਉਸਦਾ ਕਰੀਅਰ ਵੀ ਖਰਾਬ ਹੋਇਆ, ਉਸਦੀ ਸਿਹਤ ਵੀ ਖਰਾਬ ਹੋਈ। ਸੁਧਾ ਮੂਰਤੀ ਇੰਸਪਾਇਰਡ ਹਿਮ ਟੂ ਸਟਾਰਟ ਅ ਫਰੈਸ਼ ਐਂਡ ਮੈਂਡ ਹਿਜ਼ ਓਲਡ ਬੈਡ ਹੈਬਿਟਸ, ਸੁਧਾ ਮੂਰਤੀ ਨੇ ਕਿਹਾ ਦੁਬਾਰਾ ਸ਼ੁਰੂਆਤ ਕਰੋ ਅਤੇ ਆਪਣੀਆਂ ਆਦਤਾਂ ਬਦਲ ਲਓ। ਹੀ ਫੈਲਟ ਹੋਪਫੁੱਲ ਐਟ ਦਾ ਐਂਡ ਆਫ ਦਾ ਚੈਪਟਰ, ਚੈਪਟਰ ਦੇ ਐਂਡ ਦੇ ਵਿੱਚ ਉਹ ਕਾਫੀ ਆਸ਼ਾਵਾਦੀ ਮਹਿਸੂਸ ਕਰਦਾ ਹੈ। ਨੈਕਸਟ ਇੰਪੋਰਟੈਂਟ ਕੁਐਸਚਨ ਇਜ਼ ਵਟ ਇਜ਼ ਦਾ ਥੀਮ ਆਫ ਦਾ ਚੈਪਟਰ, ਹਸਨਸ ਅਟੈਂਡੈਂਸ ਪ੍ਰੋਬਲਮ ਵੈਰੀ ਇੰਪੋਰਟੈਂਟ। ਹਸਨਸ ਅਟੈਂਡੈਂਸ ਪ੍ਰੋਬਲਮ, ਤੁਹਾਨੂੰ ਸਭ ਨੂੰ ਹੁਣ ਥੀਮ ਸਮਝ ਆ ਹੀ ਗਿਆ ਹੋਣਾ, ਮੈਸੇਜ ਵੀ ਸਮਝ ਆ ਗਿਆ ਹੋਣਾ ਕਿ ਦਿਸ ਚੈਪਟਰ ਟਾਕਸ ਆਲ ਅਬਾਊਟ ਹਾਰਡ ਵਰਕ ਇਨ ਲਾਈਫ, ਦੇਰ ਸ਼ੁੱਡ ਬੀ ਨੋ ਸ਼ਾਰਟਕੱਟਸ ਫੋਰ ਸਕਸੈਸ। ਦਿਸ ਚੈਪਟਰ ਡਿਸਕ੍ਰਾਈਬਸ ਦ ਕੌਨਸੀਕੁਐਂਸਿਸ ਆਫ ਨੋਟ ਟੇਕਿੰਗ ਥਿੰਗ ਸੀਰੀਅਸਲੀ, ਇੱਥੋਂ ਸਾਨੂੰ ਇਹ ਪਤਾ ਲੱਗਦਾ ਕੀ ਨਤੀਜਾ ਹੁੰਦਾ ਜਦੋਂ ਅਸੀਂ ਆਪਣੇ ਕੰਮ ਨੂੰ, ਆਪਣੀ ਪੜ੍ਹਾਈ ਨੂੰ ਸੀਰੀਅਸਲੀ ਨਹੀਂ ਲੈਂਦੇ, ਐਂਡ ਨੋਟ ਵਰਕਿੰਗ ਫੋਰ ਦਾ ਸੇਕ ਆਫ ਨੌਲੇਜ, ਜਦੋਂ ਅਸੀਂ ਗਿਆਨ ਲਈ ਨਹੀਂ ਪੜ੍ਹਦੇ। ਓਨਲੀ ਵਰਕਿੰਗ ਫੋਰ ਮਾਰਕਸ ਔਫ ਮਨੀ ਵਿਲ ਲੀਡ ਵਨ ਨੋਵੇਅਰ, ਅਗਰ ਕੋਈ ਸਿਰਫ ਇਸ ਲਈ ਪੜ੍ਹਦਾ ਹੈ ਜਾਂ ਕੰਮ ਕਰਦਾ ਹੈ ਕਿ ਉਸਨੂੰ ਨੰਬਰ ਜਾਂ ਪੈਸਾ ਮਿਲੇਗਾ, ਤਾਂ ਉਹ ਕਿਤੇ ਨਹੀਂ ਪਹੁੰਚੇਗਾ। ਸ਼ੀ ਐਕਸਪਲੇਨਸ ਇਟ ਵਿਦ ਰੀਅਲ ਐਗਜ਼ਾਮਪਲ ਆਫ ਹਰ ਸਟੂਡੈਂਟ ਹਸਨ, ਹੂ ਯੂਜ਼ ਟੂ ਬੰਗ ਅ ਲੋਟ ਆਫ ਹਰ ਕਲਾਸ। ਤਾਂ ਇਹਨੂੰ ਐਕਸਪਲੇਨ ਕਰਨ ਲਈ ਸੁਧਾ ਮੂਰਤੀ ਆਪਣੇ ਇੱਕ ਸਟੂਡੈਂਟ ਬਾਰੇ ਦੱਸਦੀ ਹੈ ਜੋ ਉਸਦੀਆਂ ਕਲਾਸਾਂ ਬੰਕ ਕਰਦਾ ਸੀ, ਛੱਡ ਦਿੰਦਾ ਸੀ। ਬੰਕ ਕਰਨਾ ਮਤਲਬ ਛੱਡ ਦੇਣਾ, ਅਟੈਂਡ ਨਾ ਕਰਨਾ। ਹੀ ਯੂਜ਼ ਟੂ
क्रैम ओनली इंपॉर्टेंट क्वेश्चन लिविंग डिटेल्स ऑफ द टॉपिक, वो सिर्फ महत्वपूर्ण प्रश्न पढ़ता, टॉपिक की डिटेल नहीं सी पढ़ता, कॉन्सिक्वेंटली ही फेल्ड इन लाइफ, नतीजे वजह जिंदगी फेल हो गया ड्यू टू लैक ऑफ इन डेप्थ नॉलेज, क्योंकि उसनों डूंगा ज्ञान नहीं सी, ऑल दिस डैमेज्ड हिज करियर एंड हैल्थ, इस नाल उसकी हैल्थ भी खराब हुई, उसका करियर भी खराब होया। सुधा मूर्ति एडवाइजेज ऑल द यंगस्टर्स टू वर्क हार्ड एंड हैव ऑथेंटिक नॉलेज। सो सुधा मूर्ति की कहते हैं सारे नौजवानों कि वह मेहनत करन ते उन्हां दी नॉलेज है जिहड़ी वह सच्ची नॉलेज, सुची नॉलेज होनी चाहिए है, पढ़ लिख के मिलती है जिहड़ी। नॉलेज इज़ मोर इंपोर्टेंट दैन मार्क्स, नंबरां तो ज़्यादा जरूरी हुंदा ज्ञान। देर इज़ नो शॉर्ट रूट फॉर सक्सैस, साडी सक्सैस लई कोई भी छोटा रस्ता नहीं हुंदा। सो नैक्सट तुहाडी बुक दे विच जो वर्ड दिते हुए ने, वन हु इज़ लेथार्जिक वह हुंदा लेजी सुस्त, वन हु इज़ बॉर्न विद अ सिल्वर स्पून इन हिज माउथ, मूँह च चांदी का चमच लैके पैदा होना मीनस एफ्लुएंट मीनस अमीर, वन हु इज़ प्राउड एंड हॉटी जो बहुत ही घमंडी होवे जिद्दी होवे एरोगेंट अक्कड़ करना, वन हु इज़ वैल नोन फेमस यानी कि मशहूर, वन हु इज़ रन ऑफ द मिल टाइप एवरेज ऑर्डिनरी यानी कि आम जिहा, वन हु इज़ सेंसिबल एंड रिस्ट्रेंड जो बहुत ही समझदार होवे ते जिहदा अपने आप ते काबू होवे मॉडरेट, वन हु इज़ बोर जो बोरिंग होवे वो हुंदा नर्ड। नाउ माई डियर स्टूडेंट्स, आई हैव गिवन यू द हिंट्स एंड यू आर टू ड्रॉ द कैरेक्टर स्केच ऑफ सुधा मूर्ति एट योर ओन। सुधा मूर्ति जी का कैरेक्टर स्केच तुसीं खुद बनाना है। तुहाडे लई हिंट्स की ने, नंबर वन कंपैशनेट, कंपैशनेट दी एम ई सिंगल लिख लियो, कंपैशनेट का मतलब हुंदा सब नूं प्यार करन वाले, नंबर टू गुड टीचर बहुत अच्छे अध्यापका, नंबर थ्री पेड इंडिविजुअल अटेंशन टू स्टूडेंट्स अपने एक एक विद्यार्थी के उत्ते ध्यान देंदे सी, नंबर फोर काइंड दयालु, नंबर फाइव एन एनकरेजिंग टीचर। तुहानू पता ही है कि वह किन्ने एनकरेजिंग टीचर से, हसन नू भी वह हौसला देने की कोशिश करते हैं। नंबर सिक्स फॉन्ड ऑफ अ स्टूडेंट्स अपने विद्यार्थियों नू बहुत ज़्यादा प्यार करते सी। सो आई होप यू हैव अंडरस्टूड द एंटायर चैप्टर। The link of part 1 and part 2 is given in the description box. You can also check out those videos if you want to know everything about the chapter. And this third video is all about the question answers. I hope you enjoyed. Thank you. Subscribe the channel. Have a very nice day.